हाँ जी, पंजाबी डिक्टेशन, पंजाब बजट 2022। हाँ जी, रेडी स्टार्ट। 1 नवंबर 1966 तो पहला पंजाब विच पैंदे यमुना दरिया दे पानी दे रिपेरियन अधिकार केंद्र ने हरियाणा नू दे दिते डंडी। जेकर केंद्र सरकार इन्नी ही सूझवान हुंदी तां फिर उत्थे ही ओह अपना कंट्रोल रखदी डंडी। हरियाणा नू अधिकार क्यों दिते गए प्रश्न चिन्ह। हरियाणा दे अधिकार तां उस नू दे दिते गए डंडी, लेकिन साडे दरियावां दे अधिकार अपने कोल रख लए डंडी। ਸੋ ਇਸ ਕਰਕੇ ਜੇਕਰ ਕੇਂਦਰ ਸਰਕਾਰ ਨਿਆਂਕਾਰੀ ਹੁੰਦੀ ਤਾਂ ਯਮੁਨਾ ਦਰਿਆ ਦੇ ਪਾਣੀ ਦੇ ਅਧਿਕਾਰ ਵੀ ਆਪਣੇ ਖੇਤਰ ਵਿੱਚ ਰੱਖਦੀ, ਪਰ ਅਜਿਹਾ ਨਹੀਂ ਕੀਤਾ ਗਿਆ ਡੰਡੀ। ਸੋ ਪੰਜਾਬ ਪੁਨਰਗਠਿਤ ਐਕਟ 1966 ਵਿੱਚ ਉਪਰੋਕਤ ਮਤਾ ਜੋੜਨ ਨਾਲ ਸਤਲੁਜ ਯਮੁਨਾ ਨਹਿਰ ਦਾ ਮਸਲਾ ਭਖਦਾ ਰਿਹਾ ਡੰਡੀ। ਸੋ ਅੱਜ ਚਾਹੇ SYL ਨਹਿਰ ਦਾ ਮਸਲਾ ਹੋਵੇ, ਇਹ ਸਾਰਾ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਕੀਤਾ ਗਿਆ ਹੈ ਡੰਡੀ। ਸਰ ਦੇਖੋ, SYL ਜਿਹੜੀ ਨਹਿਰ ਹੈ, ਇਸ ਨੂੰ ਦੂਜੀ SYL ਨਹਿਰ ਦੇ ਵਿੱਚ ਵੀ ਮੈਂ ਤੁਹਾਡੇ ਜ਼ਰੀਏ CM ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਸ਼ਾਰਦਾ ਯਮੁਨਾ ਲਿੰਕ ਨਹਿਰ ਵੱਲ ਸਾਨੂੰ ਸੁਹਿਰਦ ਹੋਣਾ ਚਾਹੀਦਾ ਹੈ ਡੰਡੀ। ਯੂਨੀਵਰਸਿਟੀ ਦੇ ਚਾਂਸਲਰ ਨਾਲ ਵੀ ਮੇਰੀ ਗੱਲ ਹੋਈ ਹੈ ਡੰਡੀ। ਜੇਕਰ SYL ਨਹਿਰ ਦੇ ਪਾਰਸਲ ਛੱਡ ਕੇ ਜੇਕਰ ਸ਼ਾਰਦਾ ਯਮੁਨਾ ਲਿੰਕ ਨਹਿਰ ਵੱਲ ਆਪਾਂ ਵਧੀਏ ਤਾਂ ਇਸ ਨਾਲ ਯਮੁਨਾ ਦਾ ਪਾਣੀ ਵੀ ਅਤੇ ਨਾਲ ਹੀ ਸ਼ਾਰਦਾ ਨਦੀ ਦਾ ਜੋ ਪਾਣੀ ਬਿਆਰਥ ਚਲਾ ਜਾਂਦਾ ਸੀ ਉਹ ਪਾਣੀ ਵੀ ਪੰਜਾਬ ਨੂੰ ਜਾਂ ਦੂਜੀਆਂ ਸਟੇਟਾਂ ਨੂੰ ਵਰਤਣ ਨੂੰ ਮਿਲ ਸਕਦਾ ਹੈ ਡੰਡੀ। ਸੋ ਇਹ ਸਾਰੀਆਂ ਗੱਲਾਂ ਦੱਸਣ ਦਾ ਮਤਲਬ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਆਪਣੀ ਹੈਂਕੜ ਆਪਣੀ ਨੀਤੀ ਅਪਣਾ ਕੇ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ ਡੰਡੀ। ਇਸ ਦੇ ਨਾਲ ਜਿਹੜੀਆਂ ਸਾਡੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਹਨ, ਉਹਨਾਂ ਕਦਰਾਂ ਕੀਮਤਾਂ ਨਾਲ ਵੀ ਬਹੁਤ ਵੱਡਾ ਖਿਲਵਾੜ ਹੋ ਰਿਹਾ ਹੈ ਡੰਡੀ। ਸੋ ਇਸ ਕਰਕੇ ਪੰਜਾਬ ਦੀ ਰਾਜਧਾਨੀ ਨੂੰ ਕੇਂਦਰ ਸਰਕਾਰ ਪੂਰਨ ਤੌਰ 'ਤੇ ਪੰਜਾਬ ਦੇ ਹਵਾਲੇ ਕਰੇ ਡੰਡੀ। ਅੱਜ ਇਸ ਵਿਸ਼ੇਸ਼ ਇਜਲਾਸ ਨੂੰ 1 ਤਰੀਕ ਨੂੰ ਰੱਖਣ ਦਾ CM ਸਾਹਿਬ ਦਾ ਮਕਸਦ ਇਹ ਸੀ ਕਿ ਅੱਜ ਤੋਂ ਬਾਅਦ ਕੇਂਦਰ ਸਰਕਾਰ ਦਾ ਚੰਡੀਗੜ੍ਹ 'ਤੇ ਕੰਟਰੋਲ ਹੌਲੀ ਹੌਲੀ ਹੋਰ ਵੱਧ ਰਿਹਾ ਹੈ ਡੰਡੀ। ਕੇਂਦਰ ਦੇ ਇਸ ਵੱਧ ਰਹੇ ਕੰਟਰੋਲ ਨੂੰ ਅਸੀਂ ਖਤਮ ਕਰਨਾ ਹੈ ਡੰਡੀ। ਜੇ ਕੰਟਰੋਲ ਹੌਲੀ ਹੌਲੀ ਹੋਰ ਵੱਧ ਰਿਹਾ ਹੈ ਡੰਡੀ, ਇਸ ਕਰਕੇ ਅੱਜ ਦਾ ਦਿਨ ਮਹੱਤਵਪੂਰਨ ਸੀ ਡੰਡੀ। ਜੇਕਰ ਅਸੀਂ ਅੱਜ ਦੇ ਦਿਨ ਡਿਲੇ ਕਰ ਜਾਂਦੇ ਤਾਂ ਕੱਲ੍ਹ ਨੂੰ ਫਿਰ ਵੈਲਿਓ ਖੂੰਜੀ ਡੁੰਮਣੀ ਬੋਲੇ ਆਲ ਪਤਾਲ ਵਾਲੀ ਗੱਲ ਹੋਣੀ ਸੀ ਡੰਡੀ। ਅੱਜ ਦੇ ਦਿਨ ਜਦੋਂ ਕਿ ਅੱਜ ਕੇਂਦਰ ਸਰਵਿਸ ਸੇਵਾਵਾਂ ਦਾ ਰੂਲ ਲਾਗੂ ਹੁੰਦਾ ਹੈ, ਅੱਜ ਦੇ ਦਿਨ ਹੀ ਇਸ ਸੰਬੰਧੀ ਨਿਖੇਧੀ ਮਤਾ ਪਾਸ ਹੋਣਾ ਚਾਹੀਦਾ ਹੈ ਡੰਡੀ। ਇਸ ਕਰਕੇ ਮੈਂ CM ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਦਿਨ ਇਹ ਮਤਾ ਲਿਆ ਕਿ ਇਸ ਮਹੱਤਵਪੂਰਨ ਵਿਸ਼ੇ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਹੈ। ਔਰ ਮੈਂ ਸਮਝਦਾ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੋਣਾ ਚਾਹੀਦਾ ਹੈ ਡੰਡੀ। ਇਸ ਗੱਲ ਲਈ CM ਸਾਹਿਬ ਸਾਨੂੰ ਜੋ ਵੀ ਅਗਵਾਈ
ਦੇਣਗੇ, ਅਸੀਂ ਉਹਨਾਂ ਨਾਲ ਸਹਿਮਤ ਹੋਵਾਂਗੇ। ਡੰਡੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਡੰਡੀ ਸਟੋਪ।